ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਰਾਜਗੜ੍ਹ, ਤਹਿਸੀਲ ਧਨੌਲਾ ਮੰਡੀ ਤੇ ਜ਼ਿਲ੍ਹਾ ਬਰਨਾਲਾ। ਜੇ ਗੱਲ ਕਰ ਲਈਏ ਨਾ, ਇਸ ਜ਼ਿਲ੍ਹੇ 'ਚ ਗਾਵਾਂ ਦਾ ਵਪਾਰ ਆ ਜਿਹੜਾ ਬਹੁਤ ਵੱਡੇ ਲੈਵਲ ਤੇ ਕੀਤਾ ਜਾਂਦਾ। ਜਿਵੇਂ ਅੱਗੇ ਸੱਜਣ ਕਹਿੰਦੇ ਨਾ ਵੀ ਯਾਰ ਮੋਗਿਓਂ ਚੰਗੀ ਗਾਂ ਮਿਲਦੀ ਆ, ਹੁਣ ਮੇਰਾ ਖਿਆਲ ਇਹ ਕਹਿੰਦੇ ਹੋਣਗੇ ਵੀ ਜੇ ਚੰਗੀ ਗਾਂ ਮਿਲਦੀ ਆ ਤਾਂ ਬਰਨਾਲੇ ਏਰੀਏ 'ਚ ਮਿਲਦੀ ਆ। 6 ਗਾਵਾਂ ਦਿਖਾਵਾਂਗੇ ਬਾਈ ਕੋਲੇ ਫੋਰ ਸੇਲ, ਕੰਮ ਵਪਾਰ ਦਾ। ਤੇ ਵੈਸੇ ਪਸ਼ੂ ਬਾਈ ਨੇ ਗਾੜੀ ਮਾਰਨੀ ਕੈਮਰਾ ਦੁੱਧ ਤੇ ਲਾਏ ਹੋਏ ਨੇ, ਮੇਨ ਪਰਪਜ ਦੁੱਧ ਵਾਲਾ ਵਪਾਰ ਵਾਲਾ ਕੰਮ ਆ ਜਿਹੜਾ ਉਹ ਸੱਜਣ ਇਹ ਕਰਦਾ ਸ਼ੌਂਕ ਨਾਲ। ਬੱਕਰੀਆਂ ਘੋੜੀਆਂ ਸਾਰੀ ਜਾਨਵਰ ਨੇ ਬਾਈ ਕੋਲੇ, ਉਹ ਕਿਸੇ ਵਿਹਲੇ ਦਿਨ ਤੁਹਾਨੂੰ ਮੈਂ ਇੱਕ ਬਲੌਗ ਵੀ ਬਣਾ ਕੇ ਸ਼ੇਅਰ ਕਰੂੰਗਾ। ਤੇ ਅੱਜ 6 ਗਾਵਾਂ ਦਿਖਾਵਾਂਗੇ, ਸੂਆ ਪਹਿਲਾ ਦੂਜਾ ਰੇਟ 50-55 ਤੋਂ ਲਾ ਕੇ 75-80 ਤੱਕ ਰਹੂਗਾ, ਤੇ ਵਿੱਚ ਪਹਿਲਣਾ ਬੱਚੀਆਂ ਵੀ ਨੇ ਬਹੁਤ ਕਮਾਲ ਦੀਆਂ, ਜਿਵੇਂ ਆਹ ਬੱਚੀਆਂ ਖੜੀਆਂ ਨੇ। ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ, ਸ਼ੁਰੂਆਤ ਇਧਰਲੇ ਪੱਖ ਤੋਂ ਕਰ ਲਾਂਗੇ। ਆ ਜੂ ਜੀ, ਹੋਰ ਕੀ ਹਾਲ ਆ ਜੀ? ਬਹੁਤ ਵਧੀਆ ਵੀਰੇ ਗੁਰੀ, ਹੋ ਸਤਿ ਸ਼੍ਰੀ ਅਕਾਲ ਕਲਾ। ਬਾਈ, ਹਾਂਜੀ ਹਾਂਜੀ ਵਧੀਆ ਬਾਈ। ਨਾਮ ਤੇ ਫੋਨ ਨੰਬਰ ਬੋਲੋ ਜੀ। ਨਾਮ ਵੀਰੇ ਸਿੰਧਾ ਆਪਣਾ, ਠੀਕ ਹੈ ਜੀ, ਪਿੰਡ ਰਾਜਗੜ੍ਹ, ਫੋਨ ਨੰਬਰ 98-721-89-268। ਸ਼ੌਂਕ ਸ਼ਿੰਦੇ ਹੈਗਾ ਸ਼ਿੱਦਤ ਨਾਲ ਫਿਰ? ਹਾਂਜੀ ਹਾਂਜੀ ਬਹੁਤ ਜ਼ਿਆਦਾ ਬਾਈ। ਹਾਂਜੀ, ਮੈਂ ਉਸਤਾਦ ਕਹਿੰਦਾ ਹੁੰਦਾ ਲੋਕੋ ਵਾਲਾ, ਕਹਿੰਦਾ ਸ਼ੌਂਕ ਦਾ ਮੁੱਲ ਨਹੀਂ। ਹਾਂਜੀ ਹਾਂਜੀ ਹੈਗਾ ਬਾਈ, ਉਹੀ ਕੰਮ ਆ ਬਾਈ ਹਾਂਜੀ ਬਾਈ। ਕੋਲੇ ਸ਼ੌਂਕ ਦਾ ਕੋਈ ਮੁੱਲ ਨਹੀਂ, ਪਸ਼ੂ ਵੀ ਚੰਗੇ ਰੱਖਦਾ ਤੇ ਮੇਰਾ ਖਿਆਲ ਆ ਬਾਈ ਘੋੜੀਆਂ ਵੀ ਚੰਗੀਆਂ ਹਾਂਜੀ ਹਾਂਜੀ ਰੱਖਦਾ। ਹਾਂਜੀ ਬਾਈ, ਤੇ ਸ਼ੁਰੂਆਤ ਸ਼ਿੰਦੇ ਕਿਹੜੇ ਪਾਸੇ ਕਰੀਏ? ਇੱਥੋਂ ਇੱਧਰ ਕਰ ਲਓ। ਹਾਂਜੀ ਬਾਈ, ਮਾਰ ਗਿਆ ਰੀ ਆ ਬੱਚੀ ਦੇ ਕੈਮਰਾ। ਸੂਆ ਕਿਹੜਾ ਬਾਈ ਇਹਦਾ? ਪਹਿਲਾ ਬਾਈ, ਸੂਆ ਪਹਿਲਾ ਧੋਰ ਬਾਈ ਖੋਲ ਕੇ ਦੰਦਾਂ 'ਚ ਕਿਵੇਂ ਸ਼ਿੰਦੇ? 4 ਦੰਦ ਆ ਬਾਈ ਇਹ। 4 ਦੰਦ ਸੂਆ ਪਹਿਲਾ ਧੋਰ ਚੋਬਰਾ ਖੋਲ ਕੇ, ਖੋਲ ਬਾਈ ਖੋਲ। ਤੇ ਬਿਊਟੀ 'ਚ ਆ ਗਈ ਫੁੱਲ, ਆ ਗਈ ਫਿੱਟ ਫਿੱਟ ਐਨੂੰ ਤੋੜ ਦੀ। ਤੇ ਬਾਕੀ ਬਿਊਟੀ ਵਾਲੇ ਮਾਮਲੇ 'ਚ ਬਹੁਤ ਸ਼ਾਨਦਾਰ ਆ, ਤੇ ਆਰਡਰ ਕੁਆਲਿਟੀ ਵਾਲੇ ਜਿਹਦੇ ਹਿਸਾਬ ਨਾਲ ਪਹਿਲਣਾ ਨਾ ਲੇਵਾ ਜਿੱਦਾਂ PDF ਤੇ ਹੁੰਦਾ ਨਾ ਬੱਚਿਆਂ ਨੂੰ, ਉਦਾਂ ਦਾ ਲੱਗਿਆ ਬੜੇ ਠੋਸ ਹਵਾਨੇ ਦੀ ਆ। ਥੋੜਾ ਜਿਹਾ ਹੌਲੀ ਤੋੜ ਦੀ, ਨੇੜਿਓਂ ਫੜ ਕੇ ਇੱਥੋਂ ਦਿਖਾ ਦੇਂਗਾ ਰੀ ਲੰਬਾਈ ਲੰਬੂਈ। ਆ ਲੇ ਆ ਲੇ ਆ, ਕਿਆ ਇੱਕ ਦਿਨ ਦੀ ਸੂਈ ਆ ਬਾਈ? ਇਹ ਕੱਲ ਹੀ ਸੂਈ ਆ ਬਾਈ, ਕੱਲ ਦੀ? ਕੱਲ ਦੀ ਸੂਈ ਵੀ ਆ, ਬੌਲੇ 'ਚ ਹੀ ਆ? ਹਾਂਜੀ ਬੌਲੇ 'ਚ ਹੀ ਆ ਬਾਈ। ਆ ਬੌਲੇ 'ਚ ਹੀ ਆ ਬਾਈ, ਕਹਿੰਦਾ ਕੱਲ ਦੀ ਸੂਈ ਹੋਈ ਆ, ਪਰ ਜਿਹੜਾ ਇਹਦਾ ਲੇਵੇ ਦਾ ਡਿਜ਼ਾਇਨ ਆ ਨਾ ਗਰੀ, ਇੱਥੋਂ ਦਿਖਾ ਰਹੀ ਓਏ, ਡਿਜ਼ਾਇਨ ਬੜਾ ਕਹਿ ਸਕਦੇ ਯਾਰ, ਬੜਾ ਖੂਬਸੂਰਤ ਡਿਜ਼ਾਇਨ ਹੈ ਇਹਦੇ ਆਰਡਰ ਦਾ। ਤੇ ਸਵਾਦ ਹੀ ਠੰਡੀ ਆ ਬਾਈ, ਬਹੁਤ ਜ਼ਿਆਦਾ ਬਾਈ। ਆ ਸਵਾਦ ਹੀ ਆ ਗਈ ਹਾਂਜੀ ਬਹੁਤ ਠੰਡੀ, ਜ਼ਿਆਦਾ। ਤੇ ਚੋਣ ਚਬਾਉਣ ਦੀ ਕਿਵੇਂ ਮੈਂ ਕਹਿੰਦਾ 1 ਨੰਬਰ ਆ ਬਾਈ, ਖੜਦੀ ਆ ਕੰਡੀ ਪੂਰੀ, ਮੈਂ ਕਹਿੰਦਾ ਗੱਲ ਹੀ ਆ ਚੋਣ ਚਬਾਉਣ ਦੀ ਬਾਈ, ਕਹਿੰਦਾ ਆ ਗਈ 100 ਦਾ 100। ਤੇ ਗਰੀ ਲੰਬਾਈ ਲੰਬੂਈ ਦਿਖਾ ਦੀ ਇਹਦੀ। ਤੇ ਮੇਨ ਨਾ ਜਿਹੜਾ ਤੁਹਾਨੂੰ ਮੈਂ ਬਾਰ ਬਾਰ ਆਰਡਰ ਤੇ ਫੋਕਸ ਤਾਂ ਕਰਾਉਣਾ ਵੀ ਜਿੱਦਾਂ ਬਾਹਰ ਦੀਆਂ ਗਾਵਾਂ ਨੂੰ ਲੇਵਾ ਲੱਗਿਆ ਹੁੰਦਾ, ਉਦਾਂ ਦਾ ਲੇਵਾ ਬੱਚੀ ਨੂੰ ਲੱਗਿਆ ਕੱਲ ਦੀ ਸੂਈ ਆ। ਤੇ ਜਿਵੇਂ ਜਿਵੇਂ ਇਹਨੇ ਦੁੱਧ ਤੇ ਚੱਲਣਾ ਜਾਂ ਅਗਲੇ ਸੂਈਆਂ 'ਚ ਜਾਣਾ ਨਾ, ਇਹਦਾ ਇੱਕ ਤਾਂ ਮਸਟੈਟਸ ਵਾਲਾ ਕੰਮ ਆ ਜਿਹੜਾ 0 ਤੇ ਹੋ ਜਾਊਗਾ, ਜਿੱਦਾਂ ਦਾ ਇਹਨੂੰ ਲੇਵਾ ਲੱਗਿਆ, ਜਿੱਦਾਂ ਦਾ ਇਹਦਾ ਲੇਵੇ ਦਾ ਡਿਜ਼ਾਇਨ ਆ। ਹਾਈਟ ਨਹੀਂ ਤੁਹਾਨੂੰ ਮੈਂ ਕਹਿੰਦਾ ਵੀ ਬਾਹਲੀ ਜ਼ਿਆਦਾ ਵੱਡੀ ਆ, ਹਾਈਟ ਮੀਡੀਅਮ ਆ। ਤੇ ਬੱਚਾ ਕੀ ਆ ਬਾਈ ਨਾਲੇ ਦੇ? ਬੱਸਾ ਵੀਰੇ ਦੇ ਮਗਰ ਆ ਨਾਲ ਆ ਗਿਆ ਮੇਲ ਕਾਫ। ਕਿੰਨਾ ਕੁ ਦੁੱਧ ਪਾ ਸਕਦੀ ਹੈ ਇੱਕ ਆਈਡੀਆ ਜਾਂ ਆਪਣਾ? ਪਾ ਸਕਦੇ ਬਾਈ 20 ਲੀਟਰ ਦੇ ਨੇੜੇ, ਜਿਹੜੇ ਹਿਸਾਬ ਨਾਲ ਹਾਂ ਡਿਜ਼ਾਇਨ ਦੱਸਦਾਗਾ। ਆ ਜਿਹੜੇ ਹਿਸਾਬ ਨਾਲ ਇਹਦਾ ਡਿਜ਼ਾਇਨ ਆ ਗਿਆ ਲੇਵੇ ਦਾ, ਬਾਈ ਕਹਿੰਦਾ ਦੁੱਧ 20 ਕਿਲੋ ਪਾ ਸਕਦੀ ਆ ਬੱਚੀ। 14-15 ਕਿਲੋ ਬੋਲਾ ਹੋਊ ਬਾਈ ਹੁਣ ਇਹਦੇ ਕੋਲੇ, ਹਾਜ਼ਰ ਹਾਜ਼ਰ ਹੋਊ। ਬਾਕੀ ਜਿਹੜੇ ਭਰਾ ਨੇ ਪਸ਼ੂ ਲੈਣਾ ਹੁੰਦਾ, ਮੈਂ ਕਹਿੰਦਾ ਹੁੰਦਾ ਵੀ ਉਹਦੀ ਜੱਜਮੈਂਟ ਆਪਣੀ ਆਪ ਕਰਨ। ਹਾਂਜੀ ਹਾਂਜੀ ਜ਼ਿਆਦਾ ਹੁੰਦੀ। ਹਾਂਜੀ ਹਾਂਜੀ ਬਾਈ, ਇਹਦਾ ਸ਼ਿੰਦੇ ਪੈਸੇ ਕਿੰਨੇ ਲੈ ਲਾਂਗੇ ਵੀ? ਮੁੱਲ ਵੀਰੇ 80,000 ਰੁਪਇਆ। ਕਿੰਨੇ ਦੀ ਫਿਕਸ ਜੀ? ਜਮੀ ਜੇਬ 'ਚ ਪਾ ਲਈਏ ਜਿੰਨੇ 70,000 ਦੀ ਬੱਸੀ ਹਾਂ ਨਾ ਹੀ ਹੋਵੇਗੀ, 70,000 ਦੀ। 77 ਦੀ? ਹਾਂਜੀ। ਤੇ 15 ਕਿਲੋ ਬੋਲਾ? 15 ਕਿਲੋ ਬੋਲਾ। ਦੰਦਾਂ ਤੇ 4 ਦੀ? 4 ਦੰਦ ਆ ਜੀ। ਸੂਆ ਪਹਿਲਾ? ਪਹਿਲਾ ਜੀ। ਠੀਕ ਹੈ ਗੱਲ ਬਾਈ, ਕਹਿੰਦਾ ਤਸੱਲੀ ਕਰਾਉਣੀ ਹੈ। ਤੇ 2 ਨੰਬਰ ਵਾਲੀ ਬੱਚੀ ਬਾਅਦ ਚੋਂ ਦਿਖਾਈ, ਪਹਿਲਾਂ ਆ ਛੋਟੀ ਬੱਚੀ ਤੇ ਗਰੀ ਕੈਮਰਾ ਮਾਰੀ ਨਾ ਬੱਚੀ ਆ, ਓਏ ਬੜੀ ਕਮਾਲ ਦੀ ਆ ਯਾਰ, ਇੱਥੋਂ ਦਿਖਾ ਇਹਨੂੰ, ਬੜੀ ਖੂਬਸੂਰਤ ਆ। ਤਕਰੀਬਨ ਜੇ ਦੇਖ ਲੈਂਦੇ ਅੜੀ 'ਚ 100 ਗਾਂ ਤਾਂ ਨਾ ਕਿਸੇ ਮਾਂਗਰੀ ਇੰਨੀ ਕੰਮ ਦੀ ਬੱਚੀ ਹੁੰਦੀ ਆ। ਤੇ ਹੁਣ ਮਾਰਦੇ ਬੱਚੀ ਤੇ ਕੈਮਰਾ, ਤੇ ਇਦੂ ਬਾਅਦ ਉਹਦਾ ਨਾ ਲੇਵੇ ਦਾ ਡਿਜ਼ਾਇਨ ਦਿਖਾ ਦੀ ਨੇੜੇ ਲਾ ਕੇ ਵੀ ਕਿੱਦਾਂ ਦਾ ਡਿਜ਼ਾਇਨ ਰੱਖਦੀ ਆ। ਇਹਦਾ ਸੂਆ ਕਿਹੜਾ ਬਾਈ? ਇਹਦਾ ਵੀ ਪਹਿਲਾ ਬਾਈ, ਧੋਰ ਬਾਈ ਖੋਲ ਕੇ ਸੂਆ ਬਾਈ, ਕਹਿੰਦਾ ਇਹਦਾ ਵੀ ਪਹਿਲਾ ਤੇ ਡਿਜ਼ਾਇਨ ਡਜੋਨ ਇਹਦਾ ਵੀ ਸ਼ਿੰਦੇ ਬੜਾ ਚੰਗਾ ਯਾਰ ਲੇਵੇ। ਹਾਂਜੀ ਹਾਂਜੀ ਬਾਈ, ਇਹ ਫੈਕਸ ਆਰਡਰ ਦੀ ਹੈ ਬਾਈ ਜਮਾ, ਇੱਥੋਂ ਦਿਖਾ ਗਿਆ ਜੀ ਓਏ। ਇਹ ਜੇ ਕਿਸੇ ਸੱਜਣ ਨੇ ਨਾ ਕਹਿ ਲਈਏ, ਜਿਵੇਂ ਭਰਾ ਕਹਿੰਦੇ ਯਾਰ ਨਵਾਂ ਫਾਰਮ ਪਾਉਣਾ ਨਾ, ਕਿਸੇ ਸੱਜਣ ਨੇ ਜੋੜੀਏ ਪਾਉਣੀ ਹੋਵੇ ਨਾ, ਸਿਰਾ ਹੀ ਕਰ ਦੂ ਕੰਮ, ਥੋੜਾ ਟਕਾਈ ਨਾ ਤੋੜ ਦੀ ਬਾਈ।
ਨਾਲ ਇਹਦੇ ਵੱਛੀ ਵੀ ਬਹੁਤ ਕਮਾਲ ਦੀ ਆ, ਤੇ ਬਾਕੀ ਆਰਡਰ ਵਾਲਾ ਤਾਂ ਉਹੀ ਗੱਲ ਆ ਵੀ ਕੰਡੀ ਕੱਢਦੀ ਜਾਂਦੀ ਆ ਬਾਈ, ਬਾਹਰ ਵਾਲੀਆਂ ਗਾਵਾਂ ਨਾਲ ਦੀ ਆ ਦੋਨਾਂ ਨੂੰ। ਹਾਂਜੀ ਹਾਂਜੀ, ਦੋ ਦੰਦ ਆ ਬਾਈ, ਉਂ ਵੀ ਮੂੰਹ ਹੋਏ। ਦੰਦਾਂ 'ਚ ਵੀ, ਹਾਂਜੀ ਹਾਂਜੀ, ਦੋ ਦੰਦ ਵਸੀ ਆ। ਆ ਦੰਦਾਂ 'ਚ ਵੀ ਬਾਈ ਸ਼ਿੰਦਾ ਕਹਿੰਦਾ ਦੋ ਦੰਦ ਹੀ ਆ, ਤੇ ਥੋੜ੍ਹੀ ਬਹੁਤੀ ਭਾਲ ਆ, ਹਨਾ। ਹਾਂਜੀ ਹਾਂਜੀ, ਭਾਲ ਥੋੜ੍ਹੀ ਬਹੁਤੀ ਜ਼ਰੂਰ ਪਾਰ ਗਈ ਆ। ਤੇ ਕਿੰਨਾ ਕੁ ਬੋੜਾ ਹੋਊ ਇਹਦੇ ਕੋਲ? ਇਹਦੇ ਕੋਲ ਵੀ 14-15 ਕਿਲੋ ਬੋੜਾ ਬਾਈ, 14-15 ਕਿਲੋ। ਤੇ ਡਿਜ਼ਾਇਨ ਯਾਰ, ਡਿਜ਼ਾਇਨ ਹੀ ਹੈਰਾਨ ਕਰੀ ਜਾਂਦਾ ਇਹਨਾਂ ਦੋਨਾਂ ਦੇ ਲੇਵਿਆਂ ਦਾ ਡਿਜ਼ਾਇਨ, ਜਿੱਦਾਂ ਦਾ ਉਹਨਾਂ ਡਿਜ਼ਾਇਨ ਲੱਗਿਆ ਯਾਰ ਲੇਵੇ ਨੂੰ। ਵੀ ਉਹੀ ਗੱਲ ਆ, ਜਿਹੜੇ ਸੱਜਣੇ ਨਹੀਂ ਵੀ ਲੈਣੀ ਉਹ ਵੀ ਵੀਡੀਓ ਜ਼ਰੂਰ ਦੇਖੂਗਾ, ਇੱਥੋਂ ਦਿਖਾ ਕੇ ਜੀ। ਤੇ ਹੁਣ ਦਿਖਾ ਦੇ ਜਿਹੜੀ ਇਹਦੇ ਨਾਲ ਬੱਚੀ ਆ, ਬੱਚੀ ਵੀ ਬਾਹਲੀ ਕਮਾਲ ਦੀ ਆ, ਨਾਲ ਇਹਦੇ ਚੰਗੇ ਸੀਮਣ ਦੀ ਆ। ਤੇ ਇਹਦੇ ਬਾਈ ਕਿੰਨੇ ਪੈਸੇ ਲੈ ਲਾਂਗੇ? ਇਹਦਾ ਵੀ ਮੁੱਲ 80,000 ਰੁਪਇਆ ਹੈ ਬਾਈ। ਫਿਕਸ ਜਾਂ ਜਮੀ? ਬਸ 70,000 ਦੀ ਹੋਈ ਇਹ ਦੇਣੀ ਆ। ਜੂੜਾ ਕਿੰਨੇ ਦਾ ਦੇਵਾਂਗੇ ਸ਼ਿੰਦੇ? ਜਮੀ ਜੇਬ 'ਚ ਹੀ ਪਾ ਲਈਏ ਜਿੰਨੇ ਰੁਪਏ। ਬਸ ਦੇਖ ਕੇ ਜੇ ਕਰ ਲਾਂਗੇ ਬਾਈ, ਕੋਈ ਗੱਲ ਨਹੀਂ, 75 ਦੀ ਹੋ ਜੂ ਜੋੜੀ। ਚਲੋ ਕਰ ਦਿਆਂਗੇ ਬਾਈ, ਕੋਈ ਗੱਲ ਨਹੀਂ, 1.5 ਦਾ ਜੋੜਾ। ਹਾਂਜੀ ਕਰ ਦਿਆਂਗੇ ਵੀਰੇ। ਆ ਜੋੜਾ ਸੱਜਣੋ 1.5 ਦਾ ਹੋ ਜੂ। ਇੱਕ ਗੱਲ ਦੱਸ ਦੇਣਾ, ਜ਼ਿਆਦੇ ਤੰਗ ਨਾ ਬਾਈ ਨੂੰ ਕਰਿਓ, ਕੰਮ ਆ ਜਿਹੜਾ ਫਿਕਸ ਫਿਕਸ ਜਿਹੀ ਆ। ਤੇ ਅਗਲੇ ਨੰਬਰ ਤੇ ਆ ਜਾ ਗਰੀ, ਇਹ ਆ ਗਈ ਜਰਸੀ ਕ੍ਰੋਸ 'ਚ, ਨਾਲ ਇਹਦੇ ਵੀ ਬੱਚੀ ਆ ਧੋਰ ਜੋ ਬਰਾਉਂ। ਇਹਦੇ 11 ਨਸਲ ਦੀ ਬੱਸੀ ਆ ਬਾਈ, ਠੀਕ ਹੈ, ਬਹੁਤ ਜ਼ਿਆਦਾ ਚੰਗੀ ਆ ਗਈ ਬੱਸੀ। ਆ ਬੱਚੀ ਬਾਈ ਕਹਿੰਦਾ ਨਾਲ ਆ ਗਈ ਇਹਦੇ 11 ਨਸਲ ਦੀ। ਤੇ ਇਹ ਖਾਲੀ ਆ ਬਾਈ ਬੋਲੇ ਤੋਂ। ਇਹਦਾ ਸੂਆ ਕਿਹੜਾ ਬਾਈ? ਇਹਦੇ ਤੀਜਾ ਬਾਈ, ਤੀਜਾ ਸੂਆ, ਤੀਜਾ ਤੀਜਾ। ਵਪਾਰੀਆਂ ਦੇ ਮੇਰਾ ਖਿਆਲ ਦੂਜੇ ਹੀ ਰਹਿੰਦੀਆਂ ਜ਼ਿਆਦਾਤਰ। ਬਾਈ ਨੇ ਸੱਚ ਜੀ ਗੱਲ ਦੱਸੀ ਆ ਵੀ ਸੂਆ ਜੈਨੂਅਨ ਤੀਜਾ। ਤੇ ਦੁੱਧ ਛਿੰਦੇ ਬਾਈ ਮੱਝਾਂ ਵਰਗਾ ਪਾ ਦਿੰਦੀ ਆ? ਮੈਂ ਕਹਿੰਦਾ ਬਾਈ ਜਮਾ ਪਾਉ, ਕਿਉਂਕਿ ਜਿੱਦਾਂ ਦੀ ਇਹਦੀ ਹੈ ਨਾ ਕੁਆਲਿਟੀ ਆ, ਰੰਗ ਰੂਪ ਆ, ਜਾਂ ਜਿੱਦਾਂ ਦੀ ਇਹਦੀ ਨਸਲ ਕਹਿ ਲਈਏ ਆਪਾਂ, ਵੀ ਜਿਹੜੀਆਂ ਇਹ ਨਸਲ ਦੀਆਂ ਗਾਵਾਂ ਜਾ ਰਹੀ ਇੱਕ ਮੱਝ ਨੂੰ ਟੱਕਰ ਦਿੰਦੀਆਂ ਦਿੰਦੀਆਂ ਨੇ ਬਾਈ, ਦਿੰਦੀਆਂ ਦਿੰਦੀਆਂ ਨੇ ਬਾਈ। ਹਾਂ, ਕਿਉਂਕਿ ਮੱਝਾਂ ਦੇ ਬਰਾਬਰ ਹੀ ਦੁੱਧ ਹੁੰਦਾ, ਫੈਟ ਵੀ ਚੰਗੀ ਆਉਂਦੀ ਹੈ, ਤੇ ਤੁਸੀਂ ਦੁੱਧ ਦੇ ਯਾਰ ਕਲਰ ਦੀ ਵੀ ਪਛਾਣ ਨਹੀਂ ਆਉਂਦੀ ਬਾਈ, ਹੈ ਨਾ? ਨਹੀਂ ਆਉਂਦੀ ਬਾਈ। ਕਿੰਨਾ ਕਿਹਦੇ ਕੋਲ? ਕੈਕ ਦਿਨ ਦੀ ਸੂਈ ਹੋ ਗਈ ਇਹ? ਪਰਸੋਂ ਦੀ ਸੂਈ ਵੀ ਆ ਬਾਈ। ਕਿੰਨਾ ਕੁ ਬੋਲਾ ਹਾਜ਼ਰ ਆ ਬਾਈ? ਹੁਣ ਇਹ ਥੱਲੇ 12-13 ਕਿਲੋ ਬੋਲਾ ਬਾਈ, 12। ਹਾਂਜੀ ਹਾਂਜੀ ਬਾਈ। ਕਿੰਨੀ ਕੰਪੈਸਟੀ ਹੈ ਜੀ? ਦੇ ਦੂ ਬਾਈ 18-19 ਕਿਲੋ ਦੁੱਧ। ਕਿੰਨੇ ਪੈਸੇ ਲੈ ਲਾਂਗੇ ਜੀ ਅੱਜ ਜੇਬ 'ਚ ਪਾਉਣ ਵਾਲੇ? ਇਹਦਾ 60,000 ਰੁਪਇਆ ਬਾਈ ਯਾਰ। ਫਿਕਸ ਜਾ? ਹਾਂਜੀ ਫਿਕਸ ਜਿਹੀ ਆ ਕੰਮ ਜਮੀ। ਬਸ ਮਾੜਾ ਮੋਟਾ ਮਾਨਤਾਨ ਹੋ ਜੂ ਮੌਕੇ ਤੇ, ਠੀਕ ਹੈ? ਹਾਂਜੀ ਹਾਂਜੀ, ਮਾਨਤਾਨ ਬਾਈ ਕਹਿੰਦਾ ਕਰ ਦਾਂਗੇ, ਕੱਦ ਕਾਠ ਵੀ ਚੰਗਾ, ਨਾਲ ਇਹਦੇ ਵੀ ਬੱਚੀ ਆ ਗਿਰ ਨਸਲ ਦੀ। ਤੇ ਗਰੀ ਅਗਲੇ ਨੰਬਰ ਵਾਲੀ ਤੇ ਮਾਰ, ਛੋਟੀ ਬੱਚੀ ਤੇ ਹੈਗੀ, ਇਹ ਵੀ ਬੱਚੀ ਆ, ਇਹ ਵੀ ਬੱਸੀ ਆ। ਹਾਂਜੀ ਆ ਗਈ ਇਹ ਵੀ ਬੱਚੀ, ਇਹ ਵੀ ਬਹੁਤ ਕਮਾਲ ਦੀ ਆ ਯਾਰ। ਤੇ ਗਾਂ ਵੀ ਬਹੁਤ ਕਮਾਲ ਦੀ ਆ। ਤੇ ਇਦੋਂ ਬਾਅਦ ਲੇਵੇ ਦੇ ਡਿਜ਼ਾਈਨ ਤੇ ਮਾਰਦੀ ਕੈਮਰਾ, ਧੋਰ ਚੋਬਰਾ, ਇਹਦਾ ਸੂਆ ਕਿਹੜਾ ਬਾਈ? ਇਹਦਾ ਦੂਜਾ ਬਾਈ, ਸੋਰੋ ਵੀ ਦੂਜਾ, ਤੇ ਕੱਦ ਚੰਗਾ, ਹਨਾ? ਇਹ ਵੀ ਖਾਲੀ ਆ ਬਾਈ। ਆ ਨਾਲ ਬੱਚੀ, ਇਹ ਕਦੋਂ ਦੀ ਸੂਈ ਆ ਬਾਈ? ਇਹ ਵੀ ਪਰਸੋਂ ਦੀ ਸੂਈ ਆ ਬਾਈ, ਪਰਸੋਂ ਦੀ। ਹਾਂਜੀ, ਬੋਲੇ ਚੋਂ ਖਾਲੀ ਖਾਲੀ ਆ, ਖਾਲੀ। ਕਿੰਨਾ ਕੁ ਬੋਲਾ ਇਹਦੇ ਕੋਲ? ਇਹ ਥੱਲੇ 13-14 ਕਿਲੋ ਬੋਲਾ ਸੀ ਬਾਈ, 13-14। ਹਾਂ, ਹੁਣ ਖਾਲੀ ਨਹੀਂ ਆ, ਚੋਈਆਂ ਵੀ ਨਾ ਸਵੇਰ ਦੀਆਂ। ਠੀਕ ਹੈ ਗੱਲ। ਆ ਜਿਹੜਾ ਸਮਾਂ, ਸਮਾਂ ਤੁਹਾਨੂੰ ਮੈਂ ਸੱਜਣੋਂ ਦੱਸ ਦਿੰਦਾ, ਸਮਾਂ ਤਕਰੀਬਨ 12:16 ਦਾ, ਜਿਹੜੇ ਟਾਈਮ ਵੀਡੀਓ ਬਣਾ ਰਿਹਾ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ। ਬੱਚੀ ਦੀ ਵੀ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਕਲਰ 'ਚ, ਤੇ ਡੰਗ ਤੇ ਬਾਈ ਫਸਦੀ ਆ ਥੱਲੇ, ਪੂਰੀ ਵਧੀਆ ਬਣੂ ਵੀਰੇ। ਚਵਾਈ ਜੀ ਕਿਵੇਂ ਆ? ਓਕੇ, ਇੱਕ ਨੰਬਰ ਆ ਜਮਾ, ਕਰ ਲਾ ਚਿੱਟਾ ਟਾਈਟ। ਨਹੀਂ, ਜਮੀ ਨਹੀਂ ਬਾਈ, ਐਦਾਂ ਦੀ ਕੋਈ ਸ਼ਿਕਾਇਤ ਤਾਂ ਨਹੀਂ? ਨਹੀਂ, ਕਿਸੇ 'ਚ ਵੀ ਨਹੀਂ ਹੈਗੀ ਬਾਈ, ਜਮਾ ਓਕੇ ਆ ਜਮਾ। ਕਿੰਨਾ ਕੁ ਦੁੱਧ ਪਾਊਗੀ? ਪਾ ਦੂ ਬਾਈ ਇਹ ਵੀ 22-23 ਲੀਟਰ। 20 ਤੋਂ ਬਾਹਰ? ਹਾਂ, 20 ਤੋਂ ਬਾਹਰ। ਬਾਕੀ ਲੱਗਦਾ ਢਾਂਚਾ ਬਹੁਤ ਹੈਗਾ, ਵੱਡੀ ਬੁੱਢੀ ਬਹੁਤ ਹੈਗੀ। ਅਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ, ਬਾਰ ਬਾਰ ਕਹਿਣਾ ਉਹਨਾਂ ਵੀਡੀਓ 'ਚ ਵੀ ਭਰਾਵਾਂ ਨੇ ਆਪਣੀ ਜੱਜਮੈਂਟ ਦੇ ਹਿਸਾਬ ਨਾਲ ਬਾਈ ਪਸ਼ੂ ਖਰੀਦਾ। ਹਾਂਜੀ ਹਾਂਜੀ ਬਾਈ, ਬਾਈ ਹੋਰੀ ਉਹਨਾਂ ਦੱਸ ਰਹੇ ਨੇ ਜਿੰਨਾ ਇਹਨਾਂ ਕੋਲੇ ਬੋੜਾ ਅੱਜ ਤਿਆਰ ਆ, ਤੇ ਨਾਲ ਇਹਦੇ ਵੀ ਬੱਚੀ ਆ ਗਈ। ਤੇ ਹੁਣ ਆ ਜਾ ਗਿਆ ਜੀ ਅਗਲੇ ਨੰਬਰ 'ਤੇ, ਇਹਦਾ ਰੇਟ ਬਾਈ? ਇਹਦਾ 65,000 ਰੁਪਇਆ ਬਾਈ। 65,000 ਰੁਪਇਆ? ਹਾਂਜੀ ਹਾਂਜੀ। ਤੇ 65 'ਚ ਫਿਰ ਬੱਚੀ ਵੀ ਨਾਲ ਹੀ ਦੇ ਦਾਂਗੇ? ਬੱਸੀ ਵੀ ਦੇਣੀ ਉਹ ਤਾਂ ਦੇਣੀ ਹੈ ਬਾਈ ਨਾਲ। ਠੀਕ ਹੈ, ਹਾਂਜੀ ਹਾਂਜੀ। ਬਾਈ ਕਹਿੰਦਾ ਬੱਚੀ ਵੀ ਨਾਲ ਦੇ ਦਾਂਗੇ, ਤੇ ਹੁਣ ਮਾਰ ਦੇ ਗਰੀ ਅਗਲੇ ਨੰਬਰ ਵਾਲੀ ਤੇ ਧੋਰ ਖੋਲ। ਧੋਰ ਵਜੇ ਨੂੰ ਇਹਦਾ ਸੂਆ ਕਿਹੜਾ ਬਾਈ? ਇਹਦਾ ਤੀਜਾ ਸੂਆ ਬਾਈ। ਇਹ ਕਿਹ ਕਿਦਨ ਦੀ ਸੂਈ ਹੈ? ਇੱਕ ਇਹ ਗੱਬਣਾ ਵੀਰੇ। ਅੱਛਾ, ਗੱਬਣਾ ਗੱਬਣਾ ਗੱਬਣਾ। ਠੀਕ ਹੈ ਠੀਕ ਹੈ, ਕੱਢ ਦਿਆ ਦੇਣਾ ਜਿਹੜਾ। ਹਾਂਜੀ ਹਾਂ, ਕੱਚੀ ਆ ਬਾਈ, ਲੈ ਜੂ ਇਹ ਹਫਤਾ ਘੱਟੋ ਘੱਟ। ਹਾਂਜੀ, ਹਫਤਾ ਲੈ ਜੂ ਬਾਈ। ਇੱਕ ਹਫਤੇ ਦੀ ਕੱਚੀ ਆ ਬਾਈ, ਕਹਿੰਦਾ ਇਹ ਆ ਗਈ ਸੱਜਣੋ ਕ੍ਰੋਸ ਅੰਗ 'ਚ। ਹਾਂਜੀ, ਜਿੱਦਾਂ ਕਹਿ ਲਈਏ ਵੀ ਇਹਨੂੰ ਜਰਸੀ ਦਾ ਸੀਮਨ ਲਾ ਦੋਗੇ, ਜਰਸੀ ਦਾ ਬੱਚਾ ਵੀ ਪਾ ਦੇਣਾ, ਤੇ ਐਚ ਐਫ ਦਾ ਲਾ ਦੇਣਗੇ ਭਰਾ ਇਹਨੇ, ਐਚ ਐਫ ਦਾ ਵੀ ਪਾ ਦੇਣਾ, ਕਿਉਂਕਿ ਕ੍ਰੋਸ ਅੰਗ 'ਚ ਆ ਗਈ, ਦੁੱਧ ਇਹਦਾ ਮੱਝਾਂ ਵਰਗਾ ਹੋਊਗਾ। ਤੇ ਇਹਦਾ ਜਿਹੜਾ ਰੇਟ ਆ, ਇਹਦਾ ਰੇਟ ਬਾਈ ਤੋਂ ਜਾਇਜ਼ ਜਾ ਕਰਾ ਕੇ ਜਾਵਾਂਗੇ ਬਿਲਕੁਲ। ਕਿਸੇ ਕਹਿ ਲਈਏ ਯਾਰ, ਕਿਸੇ ਸੱਜਣ ਨੂੰ ਕੋਈ ਮੱਝ ਨਹੀਂ ਵਾਲੀ, ਮਹਿੰਗੀ ਲੈ ਸਕਦਾ ਨਾ,
ਉਹਨੂੰ ਆਪਾਂ ਇਹ ਗਾਂ ਗਿਫਟ ਵਾਲਾ ਕੰਮ ਕਰਦੇ ਨਾ ਨਾ ਕੋਈ ਗੱਲ ਨਹੀਂ ਬਾਈ ਜਿਵੇਂ ਤੁਸੀਂ ਕਹੋ ਕਿੰਨੇ ਦਿਨਾਂ ਦਾ ਹਫਤਾ ਕੱਢ ਦੂੰ ਬਾਈ ਕੱਢ ਦੂੰ ਹਜੇ ਆ ਥੋੜਾ ਪੱਕਾ ਮੰਨਦੀ ਆ ਠੀਕ ਹੈ ਹਾਂ ਹਾਂ ਉਦਾਂ ਕੱਚੇ 'ਚ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਬਾਈ ਠੀਕ ਹੈ ਹਾਂ ਹਾਂ ਜਗਦੀ ਆ ਥੋੜਾ ਜਿਹਾ ਬਸ ਥਣਾ ਥੁਣਾ ਦੀ ਗਰੰਟੀ ਉਹ ਜ਼ਿੰਮੇਵਾਰੀ ਹੈ ਬਾਈ ਆਪਣੀ ਹਾਂ ਥਣਾ ਥੁਣਾ ਦੀ ਗਰੰਟੀ ਤੇ ਬਾਈ ਕਹਿੰਦਾ ਦੇ ਦਾਂਗੇ ਥੋੜਾ ਪੱਕੇ 'ਚ ਤਿਲਕਣ ਤੋਂ ਹਾਂ ਬਸ ਗਿੱਲਾ ਕਹਿੰਦਾ ਥੱਲੇ ਥੋੜਾ ਜਿਹਾ ਕਈ ਵਾਰੀ ਇੱਦਾਂ ਹੁੰਦਾ ਸੱਜਣੋ ਪਸ਼ੂ ਕਈ ਵਾਰੀ ਘਰੇਲੂ ਸੱਜਣ ਕੋਲੋਂ ਜਿੱਥੋਂ ਆਉਂਦਾ ਮੇਰਾ ਖਿਆਲ ਹੈ ਕਈ ਵਾਰੀ ਕੱਚੇ 'ਚ ਹੁੰਦੀਆਂ ਨੇ ਬਾਈ ਇਹਦਾ ਦੁੱਧ ਕਿੰਨਾ ਕੁ ਦੱਸਿਆ ਦੇਖੋ ਬਾਈ ਕੰਪੈਸਟੀ ਤਾਂ ਇਹਦੀ ਵੀ 17-18 ਕਿਲੋ ਤਾਂ ਕੋਈ ਮਹਿਣਾ ਨਹੀਂ ਰੱਖਦਾ ਹਨਾ ਠੀਕ ਹੈ ਗੱਲ ਵੀ ਬਾਕੀ ਕ੍ਰੋਸ ਦਾ ਦੁੱਧ ਵੱਧ ਦੇ ਦਿੰਦੀ ਹੈਗੀ ਇਹਦੇ ਬਾਕੀ ਗਰਮੀ ਗੁਰਮੀ ਨਹੀਂ ਮੰਨਦੀਆਂ ਇਹਦੇ ਪੈਸੇ ਕਿੰਨੇ ਲੈ ਲਾਂਗੇ ਬਾਈ ਇਹ 52,000 ਦੀ ਦੇ ਦਿਆਂਗੇ ਬਾਈ 52 ਦੀ ਹਾਂਜੀ ਹਾਂਜੀ ਤੇ ਹੁਣ ਮਾਰ ਦੇ ਘਰੀ ਅਗਲੇ ਨੰਬਰ ਵਾਲੀ ਤੇ ਦਤਾ ਜੀ ਸੂਈ ਆ ਇਹ ਹੁਣੀ ਸੂਈ ਆ ਬਾਈ ਤੁਹਾਡੇ ਆਉਣ ਬਸ 10 ਇਹਦੇ ਨਾਲ ਮੇਲ ਕਾਫ ਹਨਾ ਹਾਂਜੀ ਇਹਦੇ ਨਾਲ ਮੇਲ ਹੋਰ ਬਾਈ ਖੋਲ ਕੇ ਲੇਵੇ ਦਾ ਡਿਜ਼ਾਈਨ ਇਹਦਾ ਵੀ ਬੜਾ ਸੋਹਣਾ ਨਾ ਹਾਂਜੀ ਬਾਈ ਡਿਜ਼ਾਈਨ ਲੇਵੇ ਇਹਦਾ ਵੀ ਬਹੁਤ ਸ਼ਾਨਦਾਰ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਗਾ ਬਾਈ ਦੂਜਾ ਸੂਆ ਹਾਂਜੀ ਇਹਦਾ ਕਿੰਨੀ ਕੁ ਕੰਪੈਸਟੀ ਦੱਸੀ ਆ ਜੀ ਪਹਿਲਾਂ ਨੇ ਦਿੱਤਾ ਬਾਈ ਇਹਨੇ 18-19 ਕਿਲੋ ਦੁੱਧ 18 ਹਾਂ ਹੁਣ ਦੇਖੋ ਬਾਕੀ ਇਹਨਾਂ ਸੇਵਾ ਨਾਲ ਆਗਾ ਹਾਂ ਤੇ ਬਾਕੀ ਜਿਹੜਾ ਸਾਨੂੰ ਤਿਆਰੀ ਫੜ ਕੇ ਸੂਈ ਆ ਚੰਗੀ ਲੱਗਦੀ ਆ ਦੇਖਣ ਨੂੰ ਬਹੁਤ ਜ਼ਿਆਦੇ ਥਣ ਦਾ ਸਾਈਜ਼ ਵੀ ਹੱਥੀ ਚਵਾਈ ਆ ਹੱਥੀ ਚਵਾਈ ਵਾਲਾ ਬਾਈ ਤੇ ਚਵਾਈ ਜਿੱਦਾਂ ਦਾ ਥਾਣਾ ਸੱਜਣਾ ਉਦਾਂ ਦੀ ਮਿਲਣੀ ਚਾਹੀਦੀ ਆ ਇਹਨੂੰ ਮੋਟੀ ਚਵਾਈ ਦੀ ਗਾਂ ਨਿਕਲੂਗੀ ਜਿੱਦਾਂ ਦਾ ਇਹਨੂੰ ਥਣ ਲੱਗਿਆ ਬਾਕੀ ਪਾਸ ਕਰਕੇ ਲਿਜਾਣ ਦਾ ਤੁਹਾਡਾ ਫਰਜ਼ ਹੁੰਦਾ ਪਰ ਲੇਵੇ ਦੀ ਜਿਹੜੀ ਸ਼ੇਪ ਆ ਤੇ ਲੇਵੇ 'ਚ ਜਿੰਨਾ ਕੁ ਜਿਵੇਂ ਬਾਈ ਨੇ ਦੱਸਿਆ ਨਾ ਵੀ ਜੋਸ਼ ਹੈ ਇਹਦੇ ਲੇਵੇ 'ਚ ਉਹੀ ਗੱਲ ਆ ਵੀ ਬਾਈ ਜਿਹੜੀ 'ਚ ਆਪਾਂ ਕਹਿ ਲਈਏ ਹਨਾ ਤਿਲਾਂ 'ਚ ਤੇਲ ਆ ਜੋਸ਼ ਉਹੀ ਕਰੂ ਬਾਈ ਇਹਦੇ ਛਿੰਦੇ ਬਾਈ ਕਿੰਨੇ ਪੈਸੇ ਲੈ ਲਾਂਗੇ ਆਪਾਂ ਇਹਦਾ 65,000 ਰੁਪਇਆ ਬਾਈ ਦੇਣ ਲੈਣੀ ਬਸ 65,000 ਰੁਪਇਆ ਜੇ ਕਿਸੇ ਨੇ 2-3-4 ਲੈਣੀਆਂ ਹੋਣ ਉਹ ਹੋਇਆ ਕਰ ਦਾਂਗੇ ਬਾਈ ਮਾਨਤਾ ਨਾਲ ਉਦਾਂ ਦਾ ਮਾਰਜਨ ਹੋ ਜਾਊਗਾ ਬਾਈ ਆ ਨੰਬਰ ਬੋਲ ਦਿਓ ਜੀ ਨੰਬਰ 98721 ਬਾਈ 79268 98721 ਹਾਂਜੀ 79268 ਹਾਂ ਪਿੰਡ ਬਾਈ ਦਾ ਆ ਗਿਆ ਸੱਜਣੋ ਰਾਜਗੜ੍ਹ ਤਹਿਸੀਲ ਧਨੌਲਾ ਮੰਡੀ ਤੇ ਜ਼ਿਲ੍ਹਾ ਬਰਨਾਲਾ ਕੰਮ ਬਾਈ ਦਾ ਵਪਾਰ ਦਾ ਰੂਟੀਨ 'ਚ ਇਸ ਘਰ 'ਚ ਪਸ਼ੂ ਆਉਂਦੇ ਰਹਿੰਦੇ ਆ ਮੱਝਾਂ ਵੀ ਆਉਂਦੀਆਂ ਬਾਈ ਕੋਲ ਗਾਵਾਂ ਵੀ ਆਉਂਦੀਆਂ ਸੰਪਰਕ ਬਾਈ ਨਾਲ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਧੰਨਵਾਦ ਜੀ।